Okay, we are going to start letter to editor. You have noticed many stray animals on the road during busy hours of the day. ठीक है, तुसी की वेखे हन बहुत सारे stray animals की हुंदे हैं अवारा जानवर on the road during busy hours of the day. जिहड़े दिन दे बिजी समा हुंदा है, बिजी घंटे हुंदे है दिन दे, उस दे दौरान की वेखे हन बहुत सारे स्ट्रे एनिमल्स वेखे हन. किथे वेखे हन? ऑन द रोड. दीज एनिमल्स कॉज ट्रैफिक जैम एज वैल एज एक्सीडेंट्स. ये जिहड़े एनिमल्स हन किस चीज़ का कारण बनते हैं? ट्रैफिक जैम का, एक्सीडेंट्स का. यू हैव ऑलरेडी रिटन टू द कंसर्नड अथॉरिटीज़. ਤੁਸੀਂ ਪਹਿਲਾਂ ਹੀ ਲਿਖ ਦਿੱਤਾ ਹੈ ਕੰਸਰਨਡ ਅਥਾਰਟੀਜ਼ ਨੂੰ, ਵੀ ਜੋ ਵੀ ਸੰਬੰਧਿਤ ਅਧਿਕਾਰੀ ਹਨ ਜਿਨ੍ਹਾਂ ਦਾ ਇਹ ਫਰਜ਼ ਬਣਦਾ ਹੈ ਕਿ ਇਸ ਗੱਲ ਵੱਲ ਧਿਆਨ ਦੇਣ. ਤੁਸੀਂ ਉਹਨਾਂ ਨੂੰ ਪਹਿਲਾਂ ਹੀ ਲਿਖ ਦਿੱਤਾ ਹੈ. ਬਟ ਨੋ ਐਕਸ਼ਨ ਹੈਜ਼ ਬੀਨ ਟੇਕਨ, ਪਰ ਹਾਲੇ ਤੱਕ ਕੋਈ ਵੀ ਐਕਸ਼ਨ ਨਹੀਂ ਲਿਆ ਗਿਆ ਹੈ. ਸੋ ਰਾਈਟ ਅ ਲੈਟਰ ਟੂ ਦਾ ਐਡੀਟਰ, ਇੱਕ ਲੈਟਰ ਲਿਖੋ ਐਡੀਟਰ ਨੂੰ ਆਫ ਆ ਲੀਡਿੰਗ ਨਿਊਜ਼ ਪੇਪਰ. ਇੱਕ ਲੀਡਿੰਗ ਨਿਊਜ਼ ਪੇਪਰ ਦੇ ਐਡੀਟਰ ਨੂੰ ਤੁਸੀਂ ਲੈਟਰ ਲਿਖਣਾ ਟੈਲਿੰਗ ਹਿਮ about the nuisance created by the stray animals. ki sirdardi kide dwara jo paida kiti jandi hai stray animals dwara. is de sambandh vich tusi kis nu likhna hai? ek newspaper de editor nu likhna hai, to the editor of a leading newspaper. clear. sign as kulvinder ja manpreet. apna naam tusi ki mention karoge? kulvinder ja manpreet. jo heading vich naam ditta hoya na tusi ohi mention karna hai. ਐਡਰੈਸ ਤੁਹਾਡਾ ਕੀ ਹੈ? C/5 ਬਸੰਤ ਵਿਹਾਰ ਨਿਊ ਦਿੱਲੀ. ਠੀਕ ਹੈ, ਇਹ ਤੁਹਾਡਾ ਐਡਰੈਸ ਹੈ. ਅਤੇ ਜਿਵੇਂ ਕਿ ਮੈਂ ਦੱਸਿਆ ਪਹਿਲਾਂ, ਸਭ ਤੋਂ ਪਹਿਲਾਂ ਕਿਸ ਦਾ ਐਡਰੈਸ ਆਉਂਦਾ ਹੈ? ਆਪਣਾ ਐਡਰੈਸ ਹੈ, ਜੋ ਸੈਂਡਰਜ਼ ਐਡਰੈਸ ਸਭ ਤੋਂ ਪਹਿਲਾਂ ਉੱਪਰ ਆਉਂਦਾ ਹੈ. ਕਲੀਅਰ? ਆਪਣਾ ਐਡਰੈਸ ਕੀ ਦਿੱਤਾ ਹੋਇਆ? C/5 ਬਸੰਤ ਵਿਹਾਰ ਨਿਊ ਦਿੱਲੀ. ਇਹੀ ਐਡਰੈਸ ਦਿੱਤਾ ਸੀ, ਇਹ ਆਪਣਾ ਐਡਰੈਸ ਉੱਪਰ ਆ ਗਿਆ. ਕਲੀਅਰ? ਉਸ ਤੋਂ ਬਾਅਦ ਕੀ ਕਰਨਾ? ਆਪਾਂ ਇੱਕ ਲਾਈਨ ਦੀ ਸਪੇਸ ਛੱਡਣੀ ਹੈ. ਠੀਕ ਹੈ, ਇੱਕ ਲਾਈਨ ਦੀ ਸਪੇਸ ਤੋਂ ਬਾਅਦ ਕੀ ਕਰਾਂਗੇ? ਡੇਟ ਲਿਖਾਂਗੇ. ਡੇਟ ਕਿਹੜੀ ਲਿਖਣੀ ਹੈ? ਜੋ ਪੇਪਰ ਵਾਲੀ ਤਰੀਕ ਹੋਈ ਉਹੀ ਡੇਟ ਪਾਉਣੀ ਹੈ, ਅਤੇ ਡੇਟ ਲਿਖਣ ਦਾ ਢੰਗ ਵੀ ਇਹੀ ਹੈ. ਕਲੀਅਰ? ਪਤਾ ਲੱਗ ਗਿਆ ਨਾ. ਉਸ ਤੋਂ ਅੱਗੇ ਕੀ ਹੈ? ਅੱਗੇ ਆਪਾਂ ਲਿਖਾਂਗੇ ਜਿਸ ਨੂੰ ਭੇਜਣਾ. ਠੀਕ ਹੈ, ਦਾ ਐਡੀਟਰ. ਹੁਣ ਨਿਊਜ਼ ਪੇਪਰ ਦੇ ਕਿਸੇ ਐਡੀਟਰ ਨੂੰ ਲਿਖਣਾ ਸੀ ਤਾਂ ਸਭ ਤੋਂ ਉੱਪਰ ਕੀ ਆਊਗਾ? ਦਾ ਐਡੀਟਰ. ਕਲੀਅਰ? ਅਤੇ ਇੱਕ ਹੈਡਿੰਗ ਦੇ ਵਿੱਚ ਕੀ ਲਿਖਿਆ ਹੁੰਦਾ ਹੈ? ਐਡੀਟਰ ਦੇ ਸਪੈਲਿੰਗ ਕੀ ਹੋਣਗੇ? ਐਡੀਟਰ ਦੀ ਈ ਸਮੋਲ ਹੋਊਗੀ ਹੈਡਿੰਗ ਦੇ ਵਿੱਚ. ਦਾ ਦੀ ਟੀ ਵੀ ਸਮੋਲ ਹੋਊ, ਐਡੀਟਰ ਦੀ ਈ ਸਮੋਲ ਹੋਊ. ਪਰ ਤੁਸੀਂ ਥੱਲੇ ਕੀ ਕਰ ਦੇਣਾ ਹੈ? ਦਾ ਦੀ ਟੀ ਕੈਪੀਟਲ ਕਰ ਦੇਣੀ ਹੈ, ਐਡੀਟਰ ਦੀ ਈ ਕੈਪੀਟਲ ਕਰ ਦੇਣੀ ਹੈ. ਠੀਕ ਹੈ, ਦਾ ਐਡੀਟਰ. ਦਾ ਟਾਈਮਸ ਆਫ ਇੰਡੀਆ, ਇਹ ਨਿਊਜ਼ ਪੇਪਰ ਦਾ ਨਾਮ ਲਿਖਤਾ. ਕਿਸੇ ਵੀ ਲੀਡਿੰਗ ਨਿਊਜ਼ ਪੇਪਰ ਦਾ ਨਾਮ ਆਪਾਂ ਲਿਖ ਦਿਆਂਗੇ, ਨਿਊ ਦਿੱਲੀ. ਕਲੀਅਰ? ਤੁਹਾਡਾ ਐਡਰੈਸ ਨਿਊ ਦਿੱਲੀ ਵਾਲਾ ਹੈ ਤਾਂ ਇਹ ਵੀ ਤੁਸੀਂ ਕਿੱਥੇ ਲਿਖਣਾ? ਨਿਊ ਦਿੱਲੀ ਲਿਖ ਦਿਓ. ਇੱਕ ਲਾਈਨ ਦਾ ਫਿਰ ਗੈਪ ਤੋਂ ਬਾਅਦ ਕੀ ਲਿਖਾਂਗੇ? ਸਬਜੈਕਟ, ਵਿਸ਼ਾ ਲਿਖਾਂਗੇ ਕਿ ਲੈਟਰ ਆਪਾਂ ਕਿਸ ਬਾਰੇ ਲਿਖ ਰਹੇ ਹਾਂ. ਦਾ ਨਿਊਸੈਂਸ ਕ੍ਰੀਏਟਡ ਬਾਏ ਸਟਰੇ ਐਨੀਮਲਸ. ਸਿਰਦਰਦੀ ਕਿਹਦੇ ਦੁਆਰਾ ਜੋ ਪੈਦਾ ਕੀਤੀ ਗਈ ਹੈ? ਅਵਾਰਾ ਜਾਨਵਰਾਂ ਦੁਆਰਾ. ਇਹ ਆਪਣਾ ਕੀ ਹੋ ਗਿਆ? ਸਬਜੈਕਟ ਹੋ ਗਿਆ, ਵਿਸ਼ਾ ਹੋ ਗਿਆ, ਕਿਸ ਵਿਸ਼ੇ 'ਤੇ ਲਿਖ ਰਹੇ ਹਾਂ. ਉਸ ਤੋਂ ਬਾਅਦ ਇੱਕ ਲਾਈਨ ਦਾ ਗੈਪ ਫਿਰ ਛੱਡਾਂਗੇ. ਸਰ ਜਿਸ ਨੂੰ ਲਿਖ ਰਹੇ ਹਾਂ, ਠੀਕ ਹੈ, ਸਰ ਨੂੰ ਲਿਖ ਰਹੇ ਹਾਂ ਤਾਂ ਸਰ, ਜੇ ਮੈਡਮ ਨੂੰ ਲਿਖ ਰਹੇ ਹਾਂ ਤਾਂ ਮੈਮ. ਉਸ ਤੋਂ ਬਾਅਦ ਜੋ ਲਾਈਨਾਂ ਕੀ ਹੈ ਤੁਸੀਂ ਲਿਖਣੀਆਂ ਹੀ ਲਿਖਣੀਆਂ, ਫਸਟ ਪੈਸੇਜ ਜਿਹੜਾ ਕੀ ਹੈ ਤੁਸੀਂ ਲਿਖਣਾ ਹੀ ਲਿਖਣਾ ਹੈ. ਕੀ ਲਿਖਾਂਗੇ? ਥਰੂ ਦਾ ਕੋਲਮਸ ਆਫ ਯੂਅਰ ਐਸਟੀਮਡ ਨਿਊਜ਼ ਪੇਪਰ. ਕਿਸ ਦੇ ਦੁਆਰਾ? ਤੁਹਾਡੇ ਪ੍ਰਸਿੱਧ, ਐਸਟੀਮਡ ਕੀ ਹੈ? ਪ੍ਰਸਿੱਧ ਜਾਂ ਮਸ਼ਹੂਰ ਨਿਊਜ਼ ਪੇਪਰ ਦੇ ਦੁਆਰਾ. ਆਈ ਵੁੱਡ ਲਾਈਕ ਟੂ ਡਰਾ ਦਾ ਕਾਇੰਡ ਅਟੈਂਸ਼ਨ ਆਫ ਦਾ ਕੰਸਰਨਡ ਅਥਾਰਟੀਜ਼. ਮੈਂ ਕੀ ਪਸੰਦ ਕਰਾਂਗਾ? ਟੂ ਡਰਾ ਦਾ ਕਾਇੰਡ ਅਟੈਂਸ਼ਨ, ਧਿਆਨ ਖਿੱਚਣਾ, ਆਫ ਦਾ ਕੰਸਰਨਡ ਅਥਾਰਟੀ, ਸੰਬੰਧਿਤ ਅਧਿਕਾਰੀਆਂ ਦਾ, ਟੂਵਰਡਸ ਦਾ ਨਿਊਸੈਂਸ ਕ੍ਰੀਏਟਡ ਬਾਏ ਦਾ ਸਟਰੇ ਐਨੀਮਲਸ. ਸਿਰਦਰਦੀ ਦੇ ਵੱਲ, ਜਿਹੜੀ ਕਿਹਦੇ ਦੁਆਰਾ ਪੈਦਾ ਕੀਤੀ ਜਾ ਰਹੀ ਹੈ? ਅਵਾਰਾ ਜਾਨਵਰਾਂ ਦੁਆਰਾ ਜੋ ਪੈਦਾ ਕੀਤੀ ਜਾ ਰਹੀ ਹੈ. ਹੁਣ ਇੱਥੇ ਤਾਂ ਪ੍ਰੋਬਲਮ ਸੀ ਟੂਵਰਡ ਦਾ ਪ੍ਰੋਬਲਮ ਕ੍ਰੀਏਟਡ ਬਾਏ ਦਾ ਸਟਰੇ ਐਨੀਮਲਸ. ਕਿਹੜੀ ਪ੍ਰੋਬਲਮ ਸੀ? ਜੋ ਸਟਰੇ ਐਨੀਮਲਸ ਦੁਆਰਾ, ਅਵਾਰਾ ਜਾਨਵਰਾਂ ਦੁਆਰਾ ਪੈਦਾ ਕੀਤੀ ਜਾ ਰਹੀ ਹੈ. ਹੁਣ ਮੇਨਲੀ ਜੋ ਆਪਾਂ ਨਿਊਜ਼ ਪੇਪਰ ਨੂੰ ਲਿਖਦੇ ਹਾਂ ਨਾ ਲੈਟਰ, ਉਹ ਮੇਨਲੀ ਕੀ ਹੁੰਦਾ ਹੈ? ਕਿਸੇ ਨਾ ਕਿਸੇ ਪ੍ਰੋਬਲਮ ਨਾਲ ਰਿਲੇਟਡ ਹੀ ਹੁੰਦਾ ਹੈ.
ਤਾਂ ਤੁਸੀਂ ਕਰਨਾ ਕੀ ਹੈ, ਇੱਥੇ ਪ੍ਰੋਬਲਮ ਹੀ ਚੇਂਜ ਕਰਨੀ ਹੈ, ਹੋਰ ਕੁਛ ਨਹੀਂ ਕਰਨਾ। ਇਹ ਪੈਸੇ ਤੁਸੀਂ ਲਿਖਣਾ ਹੀ ਲਿਖਣਾ। ਕਲੀਅਰ ਹੋਈ ਗੱਲ? ਕੀ ਕਰਨਾ, ਇਹ ਪੈਸੇ ਤਾਂ ਲਿਖਿਆ ਹੀ ਜਾਊਗਾ, ਸਿਰਫ ਪ੍ਰੋਬਲਮ ਚੇਂਜ ਕਰ ਦੇਣੀ ਹੈ ਇੱਥੇ, ਜੋ ਵੀ ਪ੍ਰੋਬਲਮ ਹੋਊਗੀ। ਮੋਸਟਲੀ ਇਹ ਲੈਟਰ ਜੋ ਆਉਂਦੇ ਨੇ ਪ੍ਰੋਬਲਮ ਰਿਲੇਟਡ ਹੀ ਆਉਂਦੇ ਨੇ, ਜੋ ਨਿਊਜ਼ ਪੇਪਰ ਵਿੱਚ ਆਪਾਂ ਕੁਛ ਵੀ ਪ੍ਰੋਬਲਮ ਵਗੈਰਾ ਛਪਵਾਉਣੀ ਚਾਹੁੰਦੇ ਹਾਂ, ਠੀਕ ਹੈ, ਜਿਸ ਵੱਲ ਕੰਸਰਨਡ ਅਥਾਰਟੀ ਦਾ ਆਪਾਂ ਧਿਆਨ ਖਿੱਚਣਾ ਚਾਹੁੰਦੇ ਹਾਂ, ਕਲੀਅਰ, ਇਹ ਪੈਸੇ ਤਾਂ ਫਿਰ ਜ਼ਰੂਰ ਲਿਖਣਾ। ਉਸ ਤੋਂ ਬਾਅਦ ਕੀ ਹੈ, ਇੱਕ ਸੈਕਿੰਡ ਪੈਸੇ ਜੋ ਆ ਜਾਵੇਗਾ ਉਹ ਕੀ ਹੈ, ਵੀ ਹੈਵ ਬੀਨ ਫੇਸਿੰਗ ਦਿਸ ਪ੍ਰੋਬਲਮ ਫੋਰ ਆ ਲੋਂਗ ਟਾਈਮ। ਇਹ ਗੱਲ ਵੀ ਕੀ ਹੈ, ਤੁਸੀਂ ਲਿਖੋਗੇ ਹੀ ਲਿਖੋਗੇ, ਵੀ ਹੈਵ ਬੀਨ ਫੇਸਿੰਗ ਦਿਸ ਪ੍ਰੋਬਲਮ ਫੋਰ ਆ ਲੋਂਗ ਟਾਈਮ। ਇਹ ਸਮੱਸਿਆ ਅਸੀਂ ਲੰਮੇ ਸਮੇਂ ਤੋਂ ਸਾਹਮਣਾ ਕਰ ਰਹੇ ਹਾਂ, ਇਸ ਸਮੱਸਿਆ ਦਾ ਲੰਮੇ ਸਮੇਂ ਤੋਂ, ਇਹ ਵੀ ਤੁਸੀਂ ਲਾਈਨ ਲਿਖ ਹੀ ਦੇਣੀ ਹੈ, ਕਲੀਅਰ। ਔਫਨ ਦਾ ਪ੍ਰੋਬਲਮ, ਔਫਨ ਦਾ ਡਰਾਈਵਰਸ ਬਿਲੋ ਦਾ ਹੋਰਨਸ, ਅਕਸਰ ਜੋ ਡਰਾਈਵਰਸ ਹਨ ਉਹ ਹੋਰਨ ਵਜਾਉਂਦੇ ਰਹਿੰਦੇ ਹਨ, ਬਟ ਦਾ ਸਟਰੇ ਐਨੀਮਲਸ ਡੂ ਨੋਟ ਮੂਵ ਫਰੋਮ ਦਾ ਰੋਡ, ਪਰ ਜੋ ਅਵਾਰਾ ਜਾਨਵਰ ਹਨ ਉਹ ਰੋਡ ਤੋਂ ਮੂਵ ਨਹੀਂ ਹੁੰਦੇ, ਰੋਡ ਤੋਂ ਪਾਸੇ ਨਹੀਂ ਹਟਦੇ, ਕਲੀਅਰ। ਇੱਥੇ ਆਪਾਂ ਪ੍ਰੋਬਲਮਸ ਲਿਖਾਂਗੇ, ਕੀ ਪ੍ਰੋਬਲਮਸ ਅਸੀਂ ਫੇਸ ਕਰ ਰਹੇ ਹਾਂ, 2, 3, 4 ਜੋ ਵੀ ਜਿੰਨੀਆਂ ਵੀ ਪ੍ਰੋਬਲਮਸ ਤੁਸੀਂ ਫੇਸ ਕਰ ਰਹੇ ਹੋ, ਇਸ ਪੈਸੇ ਦੇ ਵਿੱਚ ਉਹ ਪ੍ਰੋਬਲਮਸ ਆ ਜਾਣੀਆਂ, ਕਲੀਅਰ। ਸੈਕਿੰਡਲੀ ਹੁਣ ਕੀ ਲਿਖਤਾ, ਦੀਜ਼ ਐਨੀਮਲਸ ਕੋਜ਼ ਟ੍ਰੈਫਿਕ ਜੈਮ ਐਜ਼ ਵੈਲ ਐਜ਼ ਐਕਸੀਡੈਂਟਸ। ਇਹ ਐਨੀਮਲਸ ਹਨ ਜੋ ਉਹ ਕੋਜ਼ ਬਣਦੇ ਹਨ, ਕਿਸ ਚੀਜ਼ ਦਾ ਕੋਜ਼ ਬਣਦੇ ਹਨ, ਟ੍ਰੈਫਿਕ ਜੈਮ ਲੱਗ ਜਾਂਦਾ ਹੈ ਐਜ਼ ਵੈਲ ਐਜ਼ ਐਕਸੀਡੈਂਟਸ, ਐਕਸੀਡੈਂਟਸ ਵੀ ਹੋ ਜਾਂਦੇ ਹਨ। ਦੋ ਪ੍ਰੋਬਲਮਸ ਆਪਾਂ ਦੱਸ ਦਿੱਤੀਆਂ ਨਾ, ਇੱਕ ਤਾਂ ਡਰਾਈਵਰਸ ਨੇ ਜੋ ਉਹ ਹੋਰਨ ਵਜਾਉਂਦੇ ਰਹਿੰਦੇ ਨੇ, ਅਤੇ ਇਹ ਐਨੀਮਲਸ ਹਨ ਜੋ ਰੋਡ ਤੋਂ ਮੂਵ ਨਹੀਂ ਕਰਦੇ। ਸੈਕਿੰਡ ਆਪਾਂ ਕੀ ਦੱਸ ਦਿੱਤੀ, ਦੀਜ਼ ਐਨੀਮਲਸ ਕੋਜ਼ ਟ੍ਰੈਫਿਕ ਜੈਮ ਐਜ਼ ਵੈਲ ਐਜ਼ ਐਕਸੀਡੈਂਟਸ। ਉਸ ਤੋਂ ਅੱਗੇ ਕੀ ਹੈ, ਦਾ ਵਿਮੈਨ, ਇੱਕ ਹੋਰ ਪ੍ਰੋਬਲਮ ਦੱਸ ਰਹੇ ਹਾਂ, ਦਾ ਵਿਮੈਨ ਐਂਡ ਸਕੂਲ ਕਿਡਜ਼ ਆਰ ਨੋਟ ਏਬਲ ਟੂ ਕਰੋਸ ਦਾ ਰੋਡ। ਜਿਹੜੇ ਵਿਮੈਨ ਹਨ ਜਾਂ ਸਕੂਲ ਕਿਡਜ਼ ਹਨ ਉਹ ਏਬਲ ਨਹੀਂ ਹੁੰਦੇ ਰੋਡ ਕਰੋਸ ਕਰਨ ਦੇ, ਬਿਕੋਜ਼ ਆਫ ਸਟਰੇ ਐਨੀਮਲਸ, ਇਹਨਾਂ ਅਵਾਰਾ ਜਾਨਵਰਾਂ ਦੇ ਕਰਕੇ। ਕਲੀਅਰ ਹੋਈ ਗੱਲ, ਤਿੰਨ ਪ੍ਰੋਬਲਮਸ ਆਪਾਂ ਦੱਸ ਦਿੱਤੀਆਂ। ਮੈਨੀ ਟਾਈਮਸ ਦਾ ਸਟਰੇ ਐਨੀਮਲਸ ਬਾਈਟ ਦਾ ਕੋਮਨ ਪੀਪਲ। ਆਮ ਤੌਰ 'ਤੇ ਕੀ ਹੈ ਵੀ ਬਹੁਤ ਵਾਰੀ ਕੀ ਹੁੰਦਾ, ਜੋ ਸਟਰੇ ਐਨੀਮਲਸ ਹਨ, ਅਵਾਰਾ ਜਾਨਵਰ ਹਨ, ਜਿਵੇਂ ਆਪਾਂ ਕੁੱਤੇ ਵੇਖਦੇ ਹਾਂ, ਉਹ ਕੀ ਕਰ ਲੈਂਦੇ ਆ, ਕੱਟ ਲੈਂਦੇ ਆ ਕੋਮਨ ਪੀਪਲ ਨੂੰ, ਆਮ ਲੋਕਾਂ ਨੂੰ, ਕਲੀਅਰ। ਇਨ ਰੀਸੈਂਟ ਡੇਜ਼, ਇੱਕ ਐਗਜ਼ਾਮਪਲ ਵੀ ਦੇ ਦਿਓ, ਇਨ ਰੀਸੈਂਟ ਡੇਜ਼ ਆ 5-year-old ਬੋਆਏ ਵਾਜ਼ ਇੰਜਰਡ, ਜ਼ਖਮੀ ਕਰ ਦਿੱਤਾ ਗਿਆ ਬਾਏ ਦਾ ਡੋਗਸ, ਕੁੱਤਿਆਂ ਦੁਆਰਾ ਜ਼ਖਮੀ ਕਰ ਦਿੱਤਾ ਗਿਆ। ਬਿਸਾਈਡਸ ਆਫ ਦਿਸ, ਇਸ ਤੋਂ ਇਲਾਵਾ ਦੇ ਪੋਲਿਊਟ ਆਰ ਇਨਵਾਇਰਮੈਂਟ, ਇਹ ਜੋ ਸਟਰੇ ਐਨੀਮਲਸ ਹੁੰਦੇ ਹਨ ਇਹ ਇਨਵਾਇਰਮੈਂਟ ਨੂੰ ਵੀ ਪੋਲਿਊਟ ਕਰਦੇ ਰਹਿੰਦੇ ਹਨ, ਕਲੀਅਰ। ਇਹ 3 ਜਾਂ 4 ਪ੍ਰੋਬਲਮਸ ਤੁਸੀਂ ਇੱਥੇ ਮੈਨਸ਼ਨ ਕਰ ਦੇਣੀ ਹੈ, ਉਹ ਤੁਹਾਡੇ ਹੈਡਿੰਗ ਉੱਤੇ ਡਿਪੈਂਡ ਕਰਦਾ ਹੈ, ਕਿਸ ਤਰ੍ਹਾਂ ਦਾ ਹੈਡਿੰਗ ਹੈ ਉਸ ਦੇ ਅਕੋਰਡਿੰਗ ਹੀ ਤੁਸੀਂ 3 ਜਾਂ 4 ਪ੍ਰੋਬਲਮਸ ਇੱਥੇ ਮੈਨਸ਼ਨ ਕਰ ਦੇਣੀ ਹੈ। ਪਰ ਇਹ ਮਾਈਂਡ ਦੇ ਵਿੱਚ ਰੱਖਣਾ ਕਿ ਫਸਟ ਪੈਸੇਜ ਜੋ ਮੈਂ ਤੁਹਾਨੂੰ ਦੱਸਿਆ ਸੀ, ਫਸਟ ਪੈਸੇਜ ਇਹ ਸ਼ੁਰੂ ਇਸ ਤਰ੍ਹਾਂ ਹੀ ਕਰਨਾ, ਥਰੂ ਦਾ ਕੋਲਮਸ ਆਫ ਯੂਅਰ ਐਸਟੀਮਡ ਨਿਊਜ਼ ਪੇਪਰ ਆਈ ਵੁੱਡ ਲਾਈਕ ਟੂ ਡਰਾ ਦਾ ਕਾਇੰਡ ਅਟੈਨਸ਼ਨ ਆਫ ਦਾ ਕੰਸਰਨਡ ਅਥਾਰਟੀਜ਼ ਟੂਵਰਡ ਦਾ ਨਿਊਸੈਂਸ ਕ੍ਰੀਏਟਡ ਬਾਏ ਦਾ ਸਟਰੇ ਐਨੀਮਲਸ। ਲਿਖਿਆ ਜੋ ਵੀ ਪ੍ਰੋਬਲਮਸ ਹੈ ਤੁਸੀਂ ਇੱਥੇ ਸਿਰਫ ਪ੍ਰੋਬਲਮ ਚੇਂਜ ਕਰ ਦੇਣੀ ਹੈ, ਇਹ ਪੈਸੇ ਤੁਸੀਂ ਲਿਖ ਹੀ ਦੇਣਾ, ਕਲੀਅਰ। ਸੈਕਿੰਡਲੀ ਇਹ ਲਾਈਨ ਵੀ ਤੁਸੀਂ ਲਿਖਣੀ ਸੀ, ਵੀ ਹੈਵ ਬੀਨ ਫੇਸਿੰਗ ਦਿਸ ਪ੍ਰੋਬਲਮ ਫੋਰ ਆ ਲੋਂਗ ਟਾਈਮ, ਅਸੀਂ ਲੰਮੇ ਸਮੇਂ ਤੋਂ ਇਸ ਪ੍ਰੋਬਲਮ ਦਾ ਸਾਹਮਣਾ ਕਰ ਰਹੇ ਹਾਂ। ਉਸ ਤੋਂ ਅੱਗੇ ਜੋ ਪ੍ਰੋਬਲਮਸ ਤੁਹਾਨੂੰ ਆ ਰਹੀਆਂ, 3-4 ਪ੍ਰੋਬਲਮ ਤੁਸੀਂ ਇੱਥੇ ਲਿਖ ਦੇਣੀ ਹੈ। ਉਸ ਤੋਂ ਬਾਅਦ ਪ੍ਰੋਬਲਮਸ ਦੱਸਣ ਤੋਂ ਬਾਅਦ ਇੱਕ ਲਾਈਨ ਦਾ ਆਪਾਂ ਗੈਪ ਦੇਵਾਂਗੇ, ਅਤੇ ਉਸ ਤੋਂ ਬਾਅਦ ਕੀ ਲਿਖਣਾ ਹੈ, ਵੀ ਹੈਵ ਕੰਪਲੇਂਡ ਮੈਨੀ ਟਾਈਮਸ ਟੂ ਦਾ ਕੰਸਰਨਡ ਅਥਾਰਟੀਜ਼ ਬਟ ਨੋ ਐਕਸ਼ਨ ਹੈਜ਼ ਬੀਨ ਟੇਕਨ ਐਜ਼ ਇਟ। ਅਸੀਂ ਲਿਖ ਦਿੱਤਾ ਹੈ, ਸ਼ਿਕਾਇਤ ਕਰ ਦਿੱਤੀ ਹੈ ਬਹੁਤ ਵਾਰ ਟੂ ਦਾ ਕੰਸਰਨਡ ਅਥਾਰਟੀਜ਼, ਜੋ ਸੰਬੰਧਿਤ ਅਧਿਕਾਰੀ ਹਨ ਉਹਨਾਂ ਨੂੰ ਬਹੁਤ ਵਾਰ ਅਸੀਂ ਸ਼ਿਕਾਇਤ ਕਰ ਦਿੱਤੀ ਹੈ, ਬਟ ਨੋ ਐਕਸ਼ਨ ਹੈਜ਼ ਬੀਨ ਟੇਕਨ ਐਜ਼ ਜੈਟ, ਪਰ ਹਾਲੇ ਤੱਕ ਕੋਈ ਵੀ ਐਕਸ਼ਨ ਨਹੀਂ ਲਿਆ ਗਿਆ ਹੈ, ਠੀਕ ਹੈ। ਇਹ ਲਾਈਨਾਂ ਵੀ ਤੁਸੀਂ, ਇਹ ਪੈਸੇਜ ਹੈ ਜੋ, ਇਹ ਵੀ ਲਿਖ ਹੀ ਦੇਣਾ ਹੈ, ਕੋਈ ਵੀ ਪ੍ਰੋਬਲਮ ਹੋਵੇ ਇਹ ਵੀ ਤੁਸੀਂ ਲਿਖ ਦੇਣਾ ਹੈ ਕਿ ਅਸੀਂ ਸੰਬੰਧਿਤ ਅਧਿਕਾਰੀਆਂ ਨੂੰ ਬਹੁਤ ਵਾਰ ਲਿਖ ਦਿੱਤਾ ਹੈ ਪਰ ਹਾਲੇ ਤੱਕ ਕੋਈ ਵੀ ਐਕਸ਼ਨ ਨਹੀਂ ਲਿਆ ਗਿਆ ਹੈ। ਉਸ ਤੋਂ ਬਾਅਦ ਇੱਕ ਲਾਈਨ ਦਾ ਗੈਪ ਫੇਰ ਦੇਵਾਂਗੇ। ਜਦ ਆਪਣੀ ਇੱਕ ਗੱਲ ਚੇਂਜ ਹੋ ਜਾਂਦੀ ਹੈ ਨਾ, ਇੱਕ ਵਿਸ਼ਾ ਚੇਂਜ ਹੋ ਜਾਂਦਾ ਹੈ, ਉਦੋਂ ਅਸੀਂ ਕੀ ਕਰਦੇ ਹਾਂ, ਪੈਰਾ ਚੇਂਜ ਕਰਦੇ ਹਾਂ, ਕਲੀਅਰ। ਇਹ ਨਹੀਂ ਵੀ ਕੁਛ ਕੁ ਲਾਈਨਾਂ ਲਿਖ ਦਿੱਤੀਆਂ, ਪੈਰਾ ਚੇਂਜ ਕਰ ਦਿੱਤਾ, ਇਹ ਨਹੀਂ ਹੁੰਦਾ। ਜਿਵੇਂ ਇੱਥੇ ਆਪਾਂ ਕੀ ਮੈਂਸ਼ਨ ਕੀਤੀਆਂ ਸੀ, ਪ੍ਰੋਬਲਮਸ, ਫਿਰ ਪੈਸੇ ਚੇਂਜ ਕਰ ਦਿੱਤਾ,
ਇੱਥੇ ਕੀ ਕਿਹਾ, ਇੱਕ ਵੱਖਰੀ ਗੱਲ ਸੀ ਇਹ ਕਿ ਅਸੀਂ ਬਹੁਤ ਵਾਰ ਲਿਖ ਦਿੱਤਾ ਹੈ, ਕੰਸਰਨਡ ਅਥਾਰਟੀਜ਼ ਨੂੰ ਲਿਖ ਦਿੱਤਾ ਹੈ, ਪਰ ਹਾਲੇ ਤੱਕ ਕੋਈ ਵੀ ਐਕਸ਼ਨ ਨਹੀਂ ਲਿਆ ਗਿਆ ਹੈ। ਇਹ ਇੱਕ ਵੱਖਰੀ ਗੱਲ ਸੀ। ਉਸ ਤੋਂ ਬਾਅਦ ਕੀ ਹੈ, ਇੱਕ ਲਾਈਨ ਦਾ ਗੈਪ ਦੇ ਕੇ ਆਪਾਂ ਰਿਕੁਐਸਟ ਕਰ ਰਹੇ ਹਾਂ, ਦੇਅਰਫੋਰ ਆਈ ਰਿਕੁਐਸਟ ਯੂ ਟੂ ਪਬਲਿਸ਼ ਦਿਸ ਲੈਟਰ ਇਨ ਯੂਅਰ ਅਸਟੀਮਡ ਨਿਊਜ਼ ਪੇਪਰ। ਇਸ ਲਈ ਮੈਂ ਤੁਹਾਨੂੰ ਰਿਕੁਐਸਟ ਕਰਦਾ ਹਾਂ ਕਿ ਇਹ ਲੈਟਰ ਤੁਸੀਂ ਪਬਲਿਸ਼ ਕਰ ਦੇਵੋ। ਕਿੱਥੇ ਪਬਲਿਸ਼ ਕਰ ਦਿਓ? ਆਪਣੇ ਅਸਟੀਮਡ ਨਿਊਜ਼ ਪੇਪਰ ਵਿੱਚ, ਆਪਣੇ ਪ੍ਰਸਿੱਧ ਨਿਊਜ਼ ਪੇਪਰ ਵਿੱਚ। ਕਲੀਅਰ? ਐਂਡ ਮੇਕ ਅ ਪ੍ਰੈਸ਼ਰ, ਅਤੇ ਇੱਕ ਪ੍ਰੈਸ਼ਰ ਬਣਾਓ। ਕਿਸ ਉੱਤੇ ਪ੍ਰੈਸ਼ਰ ਬਣਾਓ? ਟੂ ਕੰਸਰਨ ਅਥਾਰਟੀਜ਼, ਜੋ ਸੰਬੰਧਿਤ ਅਧਿਕਾਰੀ ਹਨ ਉਹਨਾਂ ਦੇ ਉੱਪਰ ਤੁਸੀਂ ਇੱਕ ਪ੍ਰੈਸ਼ਰ ਬਣਾਓ। ਟੂ ਟੇਕ ਐਨ ਇਮੀਡੀਏਟ ਐਕਸ਼ਨ, ਤਾਂ ਕਿ ਉਹ ਕੀ ਹੈ, ਇੱਕ ਤੁਰੰਤ ਐਕਸ਼ਨ ਲੈਣ, ਟੂ ਸੋਲਵ ਦਿਸ ਪ੍ਰੋਬਲਮ, ਇਸ ਪ੍ਰੋਬਲਮ ਨੂੰ ਸੋਲਵ ਕਰਨ ਦੇ ਲਈ, ਐਜ਼ ਸੂਨ ਐਜ਼ ਪੋਸੀਬਲ, ਜਿੰਨੀ ਜਲਦੀ ਸੰਭਵ ਹੋ ਸਕਦਾ ਹੈ। ਕਲੀਅਰ? ਇਹ ਪੈਸੇਜ ਵੀ ਕੀ ਹੈ, ਇੱਕ ਜਰਨਲ ਪੈਸੇਜ ਹੈ। ਇਹ ਵੀ ਤੁਸੀਂ ਹਰ ਇੱਕ ਲੈਟਰ ਵਿੱਚ ਹੀ ਲਿਖ ਸਕਦੇ ਹੋ ਜੋ ਤੁਸੀਂ ਕੀ ਕਰ ਰਹੇ ਹੋ, ਕਿਸੇ ਨਿਊਜ਼ ਪੇਪਰ ਦੇ ਐਡੀਟਰ ਨੂੰ ਲਿਖ ਰਹੇ ਹੋ। ਇਹ ਪੈਸੇਜ ਤੁਸੀਂ ਲਿਖੋਗੇ ਹੀ ਲਿਖੋਗੇ। ਦੇਅਰਫੋਰ ਆਈ ਰਿਕੁਐਸਟ ਯੂ ਟੂ ਪਬਲਿਸ਼ ਦਿਸ ਲੈਟਰ ਇਨ ਯੂਅਰ ਅਸਟੀਮਡ ਨਿਊਜ਼ ਪੇਪਰ, ਆਪਣੇ ਅਸਟੀਮਡ ਨਿਊਜ਼ ਪੇਪਰ ਵਿੱਚ ਇਹ ਲੈਟਰ ਤੁਸੀਂ ਪਬਲਿਸ਼ ਕਰ ਦਿਓ। ਐਂਡ ਮੇਕ ਅ ਪ੍ਰੈਸ਼ਰ ਟੂ ਕੰਸਰਨ ਅਥਾਰਟੀਜ਼, ਅਤੇ ਇੱਕ ਪ੍ਰੈਸ਼ਰ ਬਣਾਓ ਸੰਬੰਧਿਤ ਅਧਿਕਾਰੀਆਂ ਉੱਤੇ। ਟੂ ਟੇਕ ਐਨ ਇਮੀਡੀਏਟ ਐਕਸ਼ਨ, ਤਾਂ ਕਿ ਵੀ ਉਹ ਇੱਕ ਇਮੀਡੀਏਟ ਐਕਸ਼ਨ ਲੈਣ, ਟੂ ਸੋਲਵ ਦਿਸ ਪ੍ਰੋਬਲਮ ਐਜ਼ ਸੂਨ ਐਜ਼ ਪੋਸੀਬਲ, ਜਿੰਨੀ ਜਲਦੀ ਸੰਭਵ ਹੈ। ਉਸ ਤੋਂ ਬਾਅਦ ਕੀ ਕਰਾਂਗੇ ਆਪਾਂ, ਇੱਥੇ ਇੱਕ ਲਾਈਨ ਦਾ ਗੈਪ ਦੇਵਾਂਗੇ। ਇੱਥੇ ਥੋੜ੍ਹੀ ਜਿਹੀ ਮਿਸਟੇਕ ਹੋ ਗਈ ਹੈ, ਦੋ ਲਾਈਨਾਂ ਦਾ ਗੈਪ ਦਿੱਤਾ ਗਿਆ। ਆਪਾਂ ਕੀ ਕਰਨਾ, ਸਿਰਫ ਇੱਕ ਲਾਈਨ ਦਾ ਗੈਪ ਦੇਣਾ, ਪਲੱਸ ਇਹ ਜੋ ਲਿਖਣਾ, ਥੈਂਕ ਯੂ ਯੂਅਰਸ ਫੇਥਫੁਲੀ ਕੁਲਵਿੰਦਰ ਸਿੰਘ, ਜੋ ਆਪਾਂ ਲਿਖਣਾ ਥੈਂਕ ਯੂ ਯੂਅਰਸ ਫੇਥਫੁਲੀ ਕੁਲਵਿੰਦਰ ਸਿੰਘ, ਉਹ ਕੀ ਹੈ, ਇਸ ਤਰ੍ਹਾਂ ਇੱਕ ਸੇਧ ਵਿੱਚ ਹੀ ਆਉਣਾ ਚਾਹੀਦਾ ਹੈ। ਕੀ ਹੈ, ਪੂਰੀ ਤਰ੍ਹਾਂ ਇੱਕ ਸੇਧ ਵਿੱਚ ਆਉਣਾ ਚਾਹੀਦਾ, ਜਿਵੇਂ ਇਸ 'ਤੇ ਚਲੋ ਇੱਥੇ ਕੁਝ ਲਿਖਿਆ ਹੋਇਆ ਸੀ, ਇਸ ਲਈ ਮੈਂ ਇੱਧਰ ਲਿਖਣਾ ਪਿਆ ਮੈਨੂੰ। ਤੁਸੀਂ ਕੀ ਕਰਨਾ, ਇੱਕ ਸੇਧ ਵਿੱਚ ਹੀ ਲਿਖਣਾ ਥੈਂਕ ਯੂ, ਇੱਕ ਲਾਈਨ ਦੇ ਗੈਪ ਤੋਂ ਬਾਅਦ। ਇਹ ਗੱਲ ਯਾਦ ਰੱਖਣੀ ਹੈ, ਇੱਕ ਲਾਈਨ ਦੇ ਗੈਪ ਤੋਂ ਬਾਅਦ, ਥੈਂਕ ਯੂ ਯੂਅਰਸ ਫੇਥਫੁਲੀ, ਆਪ ਦਾ ਵਿਸ਼ਵਾਸ ਪਾਤਰ। ਜਦ ਵੀ ਅਸੀਂ ਕੋਈ ਔਫੀਸ਼ੀਅਲ ਲੈਟਰ ਲਿਖਦੇ ਹਾਂ, ਚਾਹੇ ਉਹ ਕੰਪਲੇਂਟ ਲੈਟਰ ਹੋਵੇ ਜਾਂ ਲੈਟਰ ਟੂ ਐਡੀਟਰ ਹੈ ਜਾਂ ਕੁਝ ਆਪਾਂ ਔਡਰ ਕਰ ਰਹੇ ਹਾਂ, ਕੁਝ ਮੰਗਵਾ ਰਹੇ ਹਾਂ, ਔਡਰ ਲੈਟਰ ਹੈ, ਪਲੇਸਿੰਗ ਔਡਰ ਵਾਲੇ ਲੈਟਰ ਹੁੰਦੇ ਹਨ, ਆਪਾਂ ਕੀ ਲਿਖਾਂਗੇ, ਯੂਅਰਸ ਫੇਥਫੁਲੀ, ਆਪ ਦਾ ਵਿਸ਼ਵਾਸ ਪਾਤਰ। ਔਡਰ ਲੈਟਰ ਵਿੱਚ ਯੂਅਰਸ ਟਰਿਊਲੀ ਵੀ ਲਿਖ ਸਕਦੇ ਹਾਂ, ਕਿਉਂਕਿ ਥੋੜ੍ਹਾ ਜਿਹਾ ਆਪਣਾ ਨੇੜੇ ਦਾ ਸੰਬੰਧ ਹੁੰਦਾ ਉਸ ਵਿਅਕਤੀ ਨਾਲ, ਯੂਅਰਸ ਟਰਿਊਲੀ ਵੀ ਲਿਖ ਸਕਦੇ ਹਾਂ, ਪਰ ਅਦਰਵਾਈਜ਼ ਜੋ ਲੈਟਰ ਟੂ ਐਡੀਟਰ ਨੇ ਯੂਅਰਸ ਫੇਥਫੁਲੀ, ਅਤੇ ਜੋ ਨਾਮ ਲੈਸ ਆਪਣਾ ਹੈਡਿੰਗ ਵਿੱਚ ਜੋ ਮੈਨਸ਼ਨ ਕੀਤਾ ਗਿਆ, ਉਹਨਾਂ ਦੇ ਵਿੱਚੋਂ ਹੀ ਇੱਕ ਨਾਮ ਤੁਸੀਂ ਥੱਲੇ ਲਿਖਣਾ, ਕੁਲਵਿੰਦਰ ਸਿੰਘ। ਇੱਕ ਗੱਲ ਦਾ ਖਾਸ ਤੌਰ 'ਤੇ ਧਿਆਨ ਰੱਖਣਾ, ਯੂਅਰਸ ਆਮ ਤੌਰ 'ਤੇ ਬੱਚੇ ਕੀ ਕਰਦੇ ਆ, ਇੱਥੇ ਕੌਮਾ ਪਾ ਦਿੰਦੇ ਆ ਇੱਕ, ਜਾਂ ਬਾਹਰ ਕੌਮਾ ਪਾ ਦਿੰਦੇ ਆ, ਬਿਲਕੁਲ ਨਹੀਂ ਪਾਉਣਾ, ਇਹ ਰੋਂਗ ਹੈ, ਗਲਤ ਹੈ, ਇੱਥੇ ਕੌਮਾ ਤੁਸੀਂ ਬਿਲਕੁਲ ਨਹੀਂ ਪਾਉਂਗੇ। ਇਹ ਆਪਣਾ ਲੈਟਰ ਸੀ, ਲੈਟਰ ਟੂ ਐਡੀਟਰ। ਕਲੀਅਰ? ਸਮਝ ਲੱਗ ਗਿਆ ਹੋਣਾ? ਓਕੇ, ਜੇ ਨਾ ਕੁਛ ਪਤਾ ਲੱਗੇ ਤਾਂ ਤੁਸੀਂ ਦੁਬਾਰਾ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ।